ਸਾਰਿਆਂ ਨੂੰ ਜੈ ਸ਼੍ਰੀ ਦੇਵ। ਅੱਜ ਜਿੱਥੇ ਸਾਰਾ ਦੇਸ਼ ਸ਼ਹੀਦੀ ਦਿਹਾੜਾ ਮਨਾ ਰਿਹਾ, ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਅੱਜ ਦੇ ਦਿਨ ਸ਼ਹੀਦ ਹੋਏ ਸੀ, ਔਰ ਪੂਰੇ ਦੇਸ਼ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ। ਪਹਿਲਾਂ ਤਾਂ ਮੈਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਣਾਮ ਕਰਨਾ ਚਾਹੂੰਗਾ ਔਰ ਕੋਟੀ ਕੋਟੀ ਨਮਨ ਕਰਾਂਗਾ। ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਗੁਰਨਾਮ ਮਾਨ ਸਿੰਗਰ ਹੈ ਜਿਹਨੇ ਸ਼ਨੀ ਦੇ ਮਾਰੇ ਦੇ ਪਿੱਛੇ ਖਿਲਾਫ ਇੱਕ ਗਾਣੇ ਦੇ ਵਿੱਚ ਮੰਦੀ ਭੱਦੀ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਹੈ, ਔਰ ਉਹਦਾ ਅਸੀਂ ਵਿਰੋਧ ਕਰਨ ਲਈ ਅੱਜ ਮੰਗ ਪੱਤਰ ਦੇਣ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਆਏ ਹਾਂ, ਔਰ ਅਸੀਂ ਇਹ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਸਿੰਗਰ ਉੱਤੇ, ਪ੍ਰੋਡਿਊਸਰ ਉੱਤੇ ਔਰ ਡਾਇਰੈਕਟਰ ਉੱਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ, ਔਰ ਜਿਹੜੇ ਜਿਹੜੇ ਲੋਕ ਇਹ ਪਬਲਿਕ ਸਟੰਟ ਕਰਦੇ ਨੇ ਔਰ ਪਬਲਿਕ ਸਟੰਟ ਔਰ ਵਿਊਜ਼ ਦੇ ਚੱਕਰ ਦੇ ਵਿੱਚ ਦੇਵੀ ਦੇਵਤਿਆਂ ਬਾਰੇ ਔਰ ਹਿੰਦੂ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਨੇ, ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਔਰ ਇਹਦੇ ਨਾਲ ਸਾਡੀ ਸਾਰੀ ਸ਼ਨੀ ਮੰਦਰ ਕਮੇਟੀਆਂ ਨੂੰ, ਸਾਰੇ ਮੰਦਰ ਕਮੇਟੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ 'ਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ, ਔਰ ਇੱਕ ਪੰਜਾਬ ਸਰਕਾਰ ਨੂੰ ਔਰ ਭਾਰਤ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਇੱਕ ਇਹਨਾਂ ਨੂੰ ਇੱਕ ਡਿਪਾਰਟਮੈਂਟ ਐਸਾ ਗਠਨ ਕਰਨਾ ਚਾਹੀਦਾ ਜੋ ਕਿ ਇਹ ਗਾਣਿਆਂ ਨੂੰ ਸੁਣੇ ਔਰ ਸਮਝੇ ਔਰ ਬਾਅਦ 'ਚ ਇਹਨਾਂ ਰਿਲੀਜ਼ ਕੀਤਾ ਜਾਵੇ, ਕਿਉਂਕਿ ਆਏ ਦਿਨ ਤੁਸੀਂ ਦੇਖਦੇ ਹੋ ਪਿੱਛੇ ਕੋਈ ਨਾ ਕੋਈ ਸਿੰਗਰ ਕੋਈ ਮਾਤਾ ਰਾਣੀ ਬਾਰੇ ਗਲਤ ਬੋਲਦਾ ਹੈ, ਕੋਈ ਅੱਜ ਸ਼ਨੀਦੇਵ ਬਾਰੇ ਗਲਤ ਬੋਲ ਰਿਹਾ, ਕੱਲ੍ਹ ਕਿਸੇ ਹੋਰ ਬਾਰੇ ਬੋਲੇਗਾ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਭਾਵਨਾਵਾਂ ਨੂੰ ਵੀ ਠੇਸ ਪਹੁੰਚੇ। ਸਰ ਕਿਸ ਤਰ੍ਹਾਂ ਦੇ ਜਿਹੜਾ ਕੋਈ ਵੀ ਗਾਇਕ ਹੋਵੇ, ਕੋਈ ਆਸ਼ਵਾਸਨ ਕੀ ਦਿੱਤਾ ਗਿਆ ਤੁਹਾਨੂੰ? ਆਸ਼ਵਾਸਨ ਮੈਨੂੰ ਦਿੱਤਾ ਗਿਆ ਕਮਿਸ਼ਨਰ ਸਾਹਿਬ ਨੇ, ਕਿਹਾ ਅਸੀਂ ਤੁਹਾਡੀ ਭਾਵਨਾਵਾਂ ਨਾਲ ਪੂਰੇ ਖੜੇ ਹਾਂ, ਜੋ ਬੰਦੀ ਕਾਨੂੰਨੀ ਕਾਰਵਾਈ ਅਸੀਂ ਪੂਰੀ ਕਰਾਂਗੇ, ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਾਨੂੰਨੀ ਕਾਰਵਾਈ ਹੋਏਗੀ। ਤੁਸੀਂ ਹੋਰ ਸਿੰਗਰਾਂ ਦਾ ਵੀ ਨਾਮ ਲਿਤਾ? ਹਾਂਜੀ ਹਾਂ ਸਰ, ਜਿਹੜਾ ਮੰਗ ਪੱਤਰ ਦਿੱਤਾ ਸਨੀ ਸੇਵਾ ਟਰੱਸਟ ਨੂੰ, ਕੀ ਹੈ ਕਿ ਸਰ ਮੈਟਰ ਇਹ 'ਚ? ਕੋਈ ਉਹ ਕਹਿ ਰਹੇ ਨੇ ਜੀ ਸਿੰਗਰ ਨੇ ਗੁਰਨਾਮ ਮਾਨ, ਉਹਨਾਂ ਨੇ ਕੋਈ ਆਪਣੇ ਗਾਣੇ ਦੇ ਵਿੱਚ ਕੋਈ ਸ਼ਬਦਾਵਲੀ ਓਬਜੈਕਸ਼ਨੇਬਲ ਵਰਤੀ ਹੈ ਜਿਹਦੇ ਵਿੱਚ ਕਰਕੇ ਇਹਨਾਂ ਨੇ ਦਿੱਤੀ ਹੈ, ਇਹਦੀ ਜਾਂਚ ਕਰਾਂਗੇ ਜੋ ਬਣਦੀ ਹੈ ਕਾਰਵਾਈ ਉੱਪਰ। ਸਰ ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਸਿੰਗਰ ਆ ਪੰਜਾਬੀ ਹੋਣ ਜਾਂ ਹਿੰਦੀ ਹੋਣ, ਕੋਈ ਵੀ ਸ਼ਬਦ ਵਰਤ ਕੇ ਬਾਅਦ 'ਚ ਸੋਰੀ ਦਾ ਫੀਲ ਕਰ ਦਿੰਦੇ, ਉਹਦੇ ਬਾਰੇ ਕੋਈ ਕਾਰਵਾਈ ਕਰੇ ਹੋਵੇ? ਨਹੀਂ, ਜੋ ਸਾਡੇ ਕੋਲ ਕੰਪਲੇਂਟ ਆਈ ਹੈ ਅਸੀਂ ਤਾਂ ਉਹਦੇ ਉੱਤੇ ਕਾਰਵਾਈ ਕਰਾਂਗੇ। ਸਰ ਸਿੰਗਰਾਂ ਵੱਲੋਂ ਅਕਸਰ ਜਿਹੜੇ ਨੇ ਵਿਵਾਦਾਂ ਨਾਲ ਘਿਰੇ ਰਹਿੰਦੇ ਨੇ, ਹਿੰਦੂ ਦੇਵੀ ਦੇਵਤੇ ਜਾਂ ਸਾਰਿਆਂ ਨੂੰ ਜੈ ਸ਼੍ਰੀ ਦੇਵ। ਅੱਜ ਜਿੱਥੇ ਸਾਰਾ ਦੇਸ਼ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ, ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਅੱਜ ਦੇ ਦਿਨ ਸ਼ਹੀਦ ਹੋਏ ਸੀ, ਔਰ ਪੂਰੇ ਦੇਸ਼ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ। ਪਹਿਲਾਂ ਤਾਂ ਮੈਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਣਾਮ ਕਰਨਾ ਚਾਹੂੰਗਾ ਔਰ ਕੋਟੀ ਕੋਟੀ ਨਮਨ ਕਰਾਂਗਾ। ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਗੁਰਨਾਮ ਮਾਨ ਸਿੰਗਰ ਹੈ ਜਿਹਨੇ ਸ਼ਨੀ ਦੇ ਮਾਰੇ ਦੇ ਪਿੱਛੇ ਖਿਲਾਫ ਇੱਕ ਗਾਣੇ ਦੇ ਵਿੱਚ ਮੰਦੀ ਭੱਦੀ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਹੈ, ਔਰ ਉਹਦਾ ਅਸੀਂ ਵਿਰੋਧ ਕਰਨ ਲਈ ਅੱਜ ਮੰਗ ਪੱਤਰ ਦੇਣ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਆਏ ਹਾਂ, ਔਰ ਅਸੀਂ ਇਹ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਸਿੰਗਰ ਉੱਤੇ, ਪ੍ਰੋਡਿਊਸਰ ਉੱਤੇ ਔਰ ਡਾਇਰੈਕਟਰ ਉੱਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ, ਔਰ ਜਿਹੜੇ ਜਿਹੜੇ ਲੋਕ ਇਹ ਪਬਲਿਕ ਸਟੰਟ ਕਰਦੇ ਨੇ ਔਰ ਪਬਲਿਕ ਸਟੰਟ ਔਰ ਵਿਊਜ਼ ਦੇ ਚੱਕਰ ਦੇ ਵਿੱਚ ਦੇਵੀ ਦੇਵਤਿਆਂ ਬਾਰੇ ਔਰ ਹਿੰਦੂ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਨੇ, ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਔਰ ਇਹਦੇ ਨਾਲ ਸਾਡੀ ਸਾਰੀ ਸ਼ਨੀ ਮੰਦਰ ਕਮੇਟੀਆਂ ਨੂੰ, ਸਾਰੇ ਮੰਦਰ ਕਮੇਟੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ 'ਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ, ਔਰ ਇੱਕ ਪੰਜਾਬ ਸਰਕਾਰ ਨੂੰ ਔਰ ਭਾਰਤ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਇੱਕ ਇਹਨਾਂ ਨੂੰ ਇੱਕ ਡਿਪਾਰਟਮੈਂਟ ਐਸਾ ਗਠਨ ਕਰਨਾ ਚਾਹੀਦਾ ਜੋ ਕਿ ਇਹ ਗਾਣਿਆਂ ਨੂੰ ਸੁਣੇ ਔਰ ਸਮਝੇ
ਔਰ ਬਾਅਦ 'ਚ ਇਹਨਾਂ ਰਿਲੀਜ਼ ਕੀਤਾ ਜਾਵੇ, ਕਿਉਂਕਿ ਆਏ ਦਿਨ ਤੁਸੀਂ ਦੇਖਦੇ ਹੋ ਪਿੱਛੇ ਕੋਈ ਨਾ ਕੋਈ ਸਿੰਗਰ ਕੋਈ ਮਾਤਾ ਰਾਣੀ ਬਾਰੇ ਗਲਤ ਬੋਲਦਾ ਹੈ, ਕੋਈ ਅੱਜ ਸ਼ਨੀਦੇਵ ਬਾਰੇ ਗਲਤ ਬੋਲ ਰਿਹਾ, ਕੱਲ੍ਹ ਕਿਸੇ ਹੋਰ ਬਾਰੇ ਬੋਲੇਗਾ, ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਭਾਵਨਾਵਾਂ ਵੀ ਠੇਸ ਪਹੁੰਚੇ। ਸਰ ਕਿਸ ਤਰ੍ਹਾਂ ਦੇ ਜਿਹੜਾ ਕੋਈ ਵੀ ਗਾਇਕ ਹੋਵੇ, ਕੋਈ ਆਸ਼ਵਾਸਨ ਕੀ ਦਿੱਤਾ ਗਿਆ ਤੁਹਾਨੂੰ? ਆਸ਼ਵਾਸਨ ਮੈਨੂੰ ਦਿੱਤਾ ਗਿਆ ਕਮਿਸ਼ਨਰ ਸਾਹਿਬ ਨੇ, ਕਿਹਾ ਅਸੀਂ ਤੁਹਾਡੀ ਭਾਵਨਾਵਾਂ ਨਾਲ ਪੂਰੇ ਖੜੇ ਹਾਂ, ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਪੂਰੀ ਕਰਾਂਗੇ, ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਾਨੂੰਨੀ ਕਾਰਵਾਈ ਹੋਏਗੀ। ਇਸ਼ੂ ਤੁਸੀਂ ਹੋਰ ਸਿੰਗਰਾਂ ਦਾ ਵੀ ਨਾਮ ਲਿਤਾ? ਹਾਂਜੀ ਹਾਂ ਸਰ, ਜਿਹੜਾ ਮੰਗ ਪੱਤਰ ਦਿੱਤਾ ਸਨੀ ਸੇਵਾ ਟਰੱਸਟ ਨੂੰ, ਕੀ ਹੈ ਕਿ ਸਰ ਮੈਟਰ ਇਹ 'ਚ? ਕੋਈ ਉਹ ਕਹਿ ਰਹੇ ਨੇ ਜੀ ਸਿੰਗਰ ਨੇ ਗੁਰਨਾਮ ਮਾਨ, ਉਹਨਾਂ ਨੇ ਕੋਈ ਆਪਣੇ ਗਾਣੇ ਦੇ ਵਿੱਚ ਕੋਈ ਸ਼ਬਦਾਵਲੀ ਓਬਜੈਕਸ਼ਨੇਬਲ ਵਰਤੀ ਹੈ, ਜਿਹਦੇ ਵਿੱਚ ਕਰਕੇ ਇਹਨਾਂ ਨੇ ਦਿੱਤੀ ਹੈ, ਇਹਦੀ ਜਾਂਚ ਕਰਾਂਗੇ, ਜੋ ਬਣਦੀ ਹੈ ਕਾਰਵਾਈ ਕਰਾਂਗੇ। ਸਰ ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਸਿੰਗਰ ਆ ਪੰਜਾਬੀ ਹੋਣੇ ਆ ਹਿੰਦੀ ਹੋਣੇ, ਕੋਈ ਵੀ ਸ਼ਬਦ ਵਰਤ ਕੇ ਬਾਅਦ 'ਚ ਸੋਰੀ ਦਾ ਫੀਲ ਕਰ ਦਿੰਦੇ, ਉਹਦੇ ਬਾਰੇ ਕੋਈ ਕਾਰਵਾਈ ਕਰੇ ਹੋਵੇ? ਨਹੀਂ, ਜੋ ਸਾਡੇ ਕੋਲ ਕੰਪਲੇਂਟ ਆਈ ਹੈ ਅਸੀਂ ਤਾਂ ਉਹਦੇ ਉੱਤੇ ਕਾਰਵਾਈ ਕਰਾਂਗੇ। ਸਿੰਗਰਾਂ ਵੱਲੋਂ ਅਕਸਰ ਜਿਹੜੇ ਵਿਵਾਦਾਂ ਨਾਲ ਘਿਰੇ ਰਹਿੰਦੇ ਨੇ, ਹਿੰਦੂ ਦੇਵੀ ਦੇਵਤੇ ਜਾਂ